ਕਿਸਾਨ ਕਰਜ਼ ਮਾਫ਼ੀ ਤੋਂ ਬਾਅਦ ਹੁਣ ਕੈਪਟਨ ਸਰਕਾਰ ਖੇਤ ਮਜ਼ਦੂਰਾਂ ਦੇ ਕਰਜ਼ ਮਾਫ਼ ਕਰਨ ਜਾ ਰਹੀ ਹੈ, ਜਿਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰੀ ਝੰਡੀ ਦੇ ਦਿੱਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਰਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਮੀਟਿੰਗ ਕਰਕੇ 2,60,000 ਕਰਜ਼ਈ ਖੇਤ ਮਜ਼ਦੂਰਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਦੇ ਕਰਜ਼ ਮਾਫ਼ੀ ਤੇ ਕਰੀਬ 460 ਕਰੋੜ ਰੁਪਏ ਦੀ ਲਾਗਤ ਆਵੇਗੀ। ਤੁਸੀਂ ਸਾਰੇ ਜਿਹੜੇ ਸੈਕਟਰੀਜ਼ ਬੁਲਾਏ ਸੀ ਸੁਸਾਇਟੀਆਂ ਦੇ ਔਰ ਨਾਲ ਪਬਲਿਕ ਰਿਪ੍ਰੈਜੈਂਟੇਟਿਵ ਵੀ ਆਏ ਨੇ ਜਾਂ ਹੋਰ ਵੀ ਜਿਹੜੇ ਕੋਈ ਆਏ ਨੇ ਉਹਨਾਂ ਦੇ ਨਾਲ ਸਾਰਿਆਂ ਨਾਲ ਕਰਕੇ ਸਲਾਹ ਕਿ ਇਹਨਾਂ ਦੇ ਜਿਹੜੇ ਲੋਨ ਨੇ ਕਿੰਨਾ ਕੁ ਬਰਡਨ ਪੈਂਦਾ ਸਰਕਾਰ 'ਤੇ, ਉਹ ਇਨ ਪ੍ਰਿੰਸੀਪਲ 'ਤੇ ਕੈਪਟਨ ਸਾਹਿਬ ਨੇ ਅਪਰੂਵ ਕਰ ਦਿੱਤਾ ਕਿਉਂਕਿ ਉਹਨਾਂ ਨੇ ਪਿਛਲੀ 15 ਅਗਸਤ ਨੂੰ ਅਨਾਊਂਸਮੈਂਟ ਕੀਤੀ ਸੀ ਕਿ ਅਸੀਂ ਖੇਤ ਮਜ਼ਦੂਰਾਂ ਦਾ ਜਿਹੜਾ ਕਰਜ਼ਾ ਮਾਫ਼ ਕਰਾਂਗੇ ਔਰ ਬਹੁਤ ਜਲਦੀ ਜਿਹੜੀ ਹੈ ਕਿ ਸਾਡੀ ਜਿਹੜਾ ਪ੍ਰੋਸੈਸ ਉਦੋਂ ਜਿਹੜਾ ਅਡੋਪਟ ਕਰ ਲਿਆ ਅਤੇ ਉਹਨੂੰ ਲਾਗੂ ਕਰ ਦਿਆ। ਦੱਸ ਦਈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਗਸਤ 'ਚ ਖੇਤ ਮਜ਼ਦੂਰਾਂ ਦਾ ਕਰਜ਼ ਮਾਫ਼ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ 'ਤੇ ਹੁਣ ਜਲਦ ਹੀ ਅਮਲੀ ਜਾਮਾ ਪਹਿਨਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਚੰਡੀਗੜ੍ਹ ਤੋਂ ਅੰਕੁਸ਼ ਮਹਾਜਨ ਦੀ ਰਿਪੋਰਟ, ਦੈਨਿਕ ਸਵੇਰਾ TV।